तेरे पिछे क्यों रुड़ते जे तेरे जिहा कोई होर हुंदा। सत श्री अकाल जी सारिआं नूं, पिंड पंजाब दे चैनल ते तुहाडा स्वागत है। ये मैं पता किहदे वास्ते कह रही हाँ लाइन, ये चाह वास्ते कह रही हाँ। जिन्हां नूं चाह दा वैल लग गया उन्हां नूं पुछ के देखो किन्ना चंद्रा वैल है। चलो चाह पी उबल गई है, बंद कर दें आपां, चाह पुन दिया। लो ये बन गई अपनी चाह, ते विच हैगे ने नींबू। ये नींबू अपने ना एक व्यूअर्स भी कहूँगी मैं, कस्टमर भी कहूँगी, व्यूअर्स आए से अपन उन्हें जो सूटा के ऑर्डर दे के गए ने, नींबू दे के गए ने संगरूर तो आए से दीदी अचार पाने वास्ते। दीदी कहने लो थोड़ा काम बढ़ा दें, थोड़े को काम पहले टाइम नहीं है। दीदी थैंक यू, जरूर मैं टाइम टू टाइम कट के थोड़े दिते नींबू का अचार पाऊंगी, फिर जो भी असं खाया करा तो याद करा जाए। ठीक है जी, देख लो जी इन कहने प्यार है ना, कि प्यार करते हैं सारे जने। आप चाह पा लीए पहला, अच कप्पा पी लेने गरीब जेठाणी जी आए हुए वो सूट देखते हैं। मैं चाह लेके आई मम्मी, तेरी मासी को सूट पसंद करवा देनी। ਤੇਰੇ ਵੀ ਕੱਪ ਚੀ ਪਾ ਲਾ ਲਵੀ, ਕਬੱਟੀ ਚ ਬੱਟੀ ਚ ਪਾ ਲਾਂ। ਕਿਉਂ ਠੰਡੀ ਹੋ ਜੂ ਜੇਦੀ ਇਹ ਨਾ, ਜਦੋਂ ਲਵੀ ਉਦੋਂ ਚਾਹ ਪੀਂਦੇ ਜਦੋਂ ਮੈਂ ਪਾਣੀ ਵਰਗੀ ਹੋ ਜਾਂਦੇ। ਪਰ ਚਾਹ ਠੰਡੀ ਜ਼ਰੂਰ ਪੀਣੀ ਚਾਹੀਦੀ, ਪਰ ਇੰਨੀ ਠੰਡੀ ਵੀ ਨਹੀਂ ਪੀਣੀ ਚਾਹੀਦੀ ਜਿੰਨੀ ਇਹ ਠੰਡੀ ਪੀਂਦੀ ਹੈ। ਕੱਪ ਜੀ ਪੀ ਲਈ, ਬੜੀ ਸੁੰਦਰ ਲੈ ਕੇ ਜਾਂਦੇ ਬੁੱਢੀ ਨੇ, ਨਾਲ ਵਿੰਚੜ ਗੱਲਾਂ ਮਾਰ ਦਿੰਦੇ। ਮੈਂ ਚਾਹ ਪੀ ਲਾਂ, ਉਧਰ ਆਪਣੀ ਮੋਟਰ ਚੱਲੀ ਜਾਂਦੀ ਹੈ। ਲਓ ਜੀ ਆਪਾਂ ਵਲੌਗ ਕੰਟੀਨਿਊ ਕਰਦੇ ਹਾਂ, ਪਰ ਮੈਂ ਉਸ ਤੋਂ ਪਹਿਲਾਂ ਤੁਹਾਨੂੰ ਨਾ ਇੱਕ ਜਾਣਕਾਰੀ ਦੇਣੀ ਚਾਹੂੰਗੀ ਸਾਰਿਆਂ ਨੂੰ। ਭੈਣਾਂ ਵਾਸਤੇ ਜ਼ਿਆਦਾ ਫਾਇਦੇਮੰਦ, ਵੀਰਾਂ ਵਾਸਤੇ ਵੀ ਹੈ, ਸਾਰਿਆਂ ਵਾਸਤੇ, ਬੱਚਿਆਂ ਵਾਸਤੇ ਵੀ ਹੈ। ਅਤੇ ਇੱਕ ਨਾ ਇਹ ਮੈਂ ਦਿਵਾਲੀ ਲੈ ਕੇ ਆਈ ਸੀ ਅੰਜੀਰ, ਜਦੋਂ ਵੀ ਇਹਨੂੰ ਮੈਂ ਲੈ ਕੇ ਆਉਂਦੀ ਸੀ ਮੈਂ ਥੋੜ੍ਹੇ ਜਿਹੇ ਲੈ ਕੇ ਆਉਂਦੀ ਸੀ, ਅਤੇ ਬਸ ਇਹਨੂੰ ਫਿਰ ਥੋੜ੍ਹੇ ਲੈ ਕੇ ਖਾ ਲੈਂਦੇ ਸੀ। ਅਤੇ ਹੁਣ ਜਦੋਂ ਮੈਂ ਉਹ ਸਰਚ ਕਰੀ ਜੀ ਹੈ ਨਾ ਇਸ ਸੰਬੰਧੀ, ਵੀ ਮੈਨੂੰ ਥੋੜ੍ਹੀ ਜਿਹੀ ਪ੍ਰੋਬਲਮ ਰਹਿੰਦੀ ਸੀ, ਜਿਵੇਂ ਜ਼ਿਆਦਾ ਨੀਂਦ ਆਉਂਦੀ ਸੀ, ਰੋਟੀ ਖਾਣ ਤੋਂ ਬਾਅਦ ਸੁਸਤੀ ਹੋ ਜਾਂਦੀ ਸੀ। ਮੈਂ ਰੋਜ਼ ਹੀ ਬਸ ਇੱਕੋ ਗੱਲ ਕਹਿੰਦੀ ਸੀ ਵੀ ਮੇਰਾ ਸਿਰ ਦਰਦ ਕਰਦਾ, ਮੇਰਾ ਸਿਰ ਦਰਦ ਕਰਦਾ। ਜਦੋਂ ਫਿਰ ਮੈਂ ਗੂਗਲ ਸਰਚ 'ਤੇ ਕਰੀ ਤਾਂ ਮੈਨੂੰ ਇਸ ਦੇ ਗੁਣ ਗਾਉਣ ਬਾਰੇ ਬਹੁਤ ਜ਼ਿਆਦਾ ਪਤਾ ਲੱਗਿਆ। ਅਤੇ ਜਦੋਂ ਹੁਣ ਇਹਨੂੰ ਮੈਂ ਲਗਾਤਾਰ ਵਰਤ ਰਹੀ ਹਾਂ ਜੀ ਦਿਵਾਲੀ ਵੇਲੇ ਦੀ, ਅਤੇ ਦਿਵਾਲੀ ਨੂੰ ਮਹੀਨਾ ਹੋਣ ਵਾਲਾ ਹੈ, ਅਤੇ ਜਿੰਨਾ ਮੈਂ ਇਹਦਾ ਗੁਣਗਾਨ ਕਰੂੰਗੀ ਨਾ ਉਨਾ ਇਹਦਾ ਗੁਣਗਾਨ ਘੱਟ ਹੈਗਾ। ਅਤੇ ਇਹਨੂੰ ਕਹਿੰਦੇ ਨੇ ਜੀ ਅੰਜੀਰ, ਇਹ ਇਸ ਤਰ੍ਹਾਂ ਰੱਸੀ ਦੇ ਵਿੱਚ ਪਰੋਇਆ ਆਉਂਦਾ, ਡਰਾਈ ਫਰੂਟ ਹੈ ਇਹ, ਸੁੱਕਾ ਅੰਜੀਰ ਹੈਗਾ। ਜੇ ਆਪਾਂ ਗੱਲ ਕਰਦੇ ਹਾਂ ਜੀ ਇਹਦੇ ਤਾਜ਼ੇ ਫਰੂਟ ਦੀ, ਤਾਂ ਮੈਂ ਕੋਸ਼ਿਸ਼ ਕਰੂੰਗੀ ਵੀ ਇੱਥੇ ਸਕਰੀਨ 'ਤੇ ਚਲਾ ਦਾਂ। ਅਤੇ ਇੱਕ ਬੂਟਾ ਹੁੰਦਾ ਆਪਣੇ ਪਿਛਲੇ ਪਾਸੇ ਹੋ ਗਿਆ ਸੀ, ਅਤੇ ਉਹਨੂੰ ਕਾਫੀ ਜ਼ਿਆਦਾ ਫਰੂਟ ਲੱਗਦਾ, ਫਲ ਲੱਗਦਾ ਇਹ ਅੰਜੀਰ। ਅਤੇ ਇਹ ਕਈ ਕਲਰ ਦਾ ਹੁੰਦਾ ਹੈਗਾ, ਵੈਸੇ ਜਿਹੜਾ ਨੋਰਮਲ ਹੁੰਦਾ ਪਰਪਲ ਕਲਰ ਦਾ ਹੁੰਦਾ ਹੈਗਾ, ਜਾਮਣੀ ਜਿਹੇ ਕਲਰ ਦਾ ਹੁੰਦਾ। ਅਤੇ ਜਿੰਨਾ ਇਹਦਾ ਆਪਾਂ ਗੁਣਗਾਨ ਕਰਾਂਗੇ ਜੀ ਉਨਾ ਇਹਦਾ ਗੁਣਗਾਨ ਥੋੜ੍ਹਾ ਹੈਗਾ। ਅਤੇ ਮੈਨੂੰ ਇਹਦੇ ਨਾਲ ਬਹੁਤ ਜ਼ਿਆਦਾ ਬੈਨੀਫਿਟ ਹੋਇਆ, ਤਾਂ ਬਹੁਤ ਜ਼ਿਆਦਾ ਫਾਇਦਾ ਹੋਇਆ। ਅਤੇ ਮੈਂ ਛੇਤੀ ਗੱਲ ਹੈ ਨਾ, ਜੇ ਕੋਈ ਵੀ ਚੀਜ਼ ਖਾ ਲਾਂ ਮੈਂ ਛੇਤੀ ਦੱਸਦੀ ਨਹੀਂ ਹੁੰਦੀ ਮੈਂ ਉਹ ਖਾਧੀ ਜਾਂ ਕੀ, ਪਰ ਇਹਦਾ ਮੈਨੂੰ ਇੰਨਾ ਜ਼ਿਆਦਾ ਇਸ ਚੀਜ਼ ਨੇ ਫਾਇਦਾ ਕੀਤਾ ਵੀ ਮੈਂ, ਮੇਰਾ ਜੀ ਕਰਿਆ ਵੀ ਮੈਂ ਤੁਹਾਨੂੰ ਵੀ ਦੱਸਾਂ ਹੈ ਨਾ। ਕਿਉਂਕਿ ਜਦੋਂ ਮੈਂ ਪਹਿਲਾਂ ਦੱਸਿਆ ਸੀ ਵੀ ਮੇਰੇ ਨਾ ਉਹ ਹੁੰਦਾ ਹੈਗਾ ਵੀ ਮੇਰਾ ਸਿਰ ਗੁੰਮ ਹੁੰਦਾ, ਮੈਂ ਕੁਛ ਦਵਾਈ ਲਿਆਂਦੀ ਹੈ ਵੀ ਮੈਂ ਕੁਛ ਠੀਕ ਹਾਂ, ਕਾਫੀ ਸਾਰੀਆਂ ਭੈਣਾਂ ਦੇ ਦੀਦੀ ਸਾਨੂੰ ਵੀ ਹੁੰਦਾ ਵੀ ਰੋਟੀ ਖਾਣ ਤੋਂ ਬਾਅਦ ਸਾਨੂੰ ਨੀਂਦ ਆਉਂਦੀ ਹੈ, ਅਤੇ ਕੰਮ ਨੂੰ ਜੀ ਨਹੀਂ ਕਰਦਾ ਹੈਗਾ, ਸਿਰ ਗੁੰਮ ਹੋਣ ਲੱਗ ਜਾਂਦਾ ਹੈ ਨਾ, ਥੋੜ੍ਹਾ ਜਿਹਾ ਆਪਣਾ ਇੱਕ ਚਿੜਚਿੜਾਪਨ ਜਿਹਾ ਨਹੀਂ ਹੋ ਜਾਂਦਾ ਸੁਭਾਅ 'ਚ ਹੈ ਨਾ, ਜਿਵੇਂ ਬੱਚੇ ਬੋਲਦੇ ਨੇ ਆਪਾਂ ਨੂੰ ਝਿੜਕ ਦਿੰਦੇ ਹਾਂ, ਅਤੇ ਉਹ ਮੇਨ ਹੁੰਦਾ ਅਨੀਮੀਆ ਦੀ ਕਮੀ ਦੇ ਨਾਲ ਹੁੰਦਾ ਜੀ, ਆਪਣਾ ਖੂਨ ਘੱਟ ਹੈਗਾ, ਅਤੇ ਉਹਦੇ ਨਾਲ ਆਪਣਾ ਥੋੜ੍ਹਾ ਜਿਹਾ ਸੁਭਾਅ ਚੇਂਜ ਹੋ ਜਾਂਦਾ, ਕਿਸੇ ਦੀ ਗੱਲ ਨਹੀਂ ਆਪਾਂ ਤੋਂ ਜਲਦੀ ਬਰਦਾਸ਼ਤ ਨਹੀਂ ਹੁੰਦੀ, ਆਪਾਂ ਨੂੰ ਜਲਦੀ ਗੁੱਸਾ ਆ ਜਾਂਦਾ ਬੱਚਿਆਂ ਨੂੰ ਬੋਲਣਾ, ਟੀ ਵੀ ਦੀ ਜ਼ਿਆਦਾ ਆਵਾਜ਼ ਜਾਂ ਕੋਈ ਵਾਰ ਵਾਰ ਆਪਾਂ ਨੂੰ ਮੈਸੇਜ ਫੋਨ ਕਰਦਾ, ਥੋੜ੍ਹੀ ਜਿਹੀ ਆਪਾਂ ਨੂੰ ਪਰੇਸ਼ਾਨੀ ਹੋਣ ਲੱਗ ਜਾਂਦੀ ਹੈ ਵੀ, ਯਾਨੀ ਕਿ ਆਪਣਾ ਸੁਭਾਅ ਚਿੜਚਿੜਾ ਹੋ ਜਾਂਦਾ, ਆਪਾਂ ਕਿਸੇ ਦੀ ਗੱਲ ਨਹੀਂ ਚੱਲਦੇ। ਤਾਂ ਜੇ ਭੈਣੋ ਤੁਹਾਨੂੰ ਕੋਈ ਇਹ ਪ੍ਰੋਬਲਮ ਆਉਂਦੀ ਹੈ ਤਾਂ ਮੈਂ ਤੁਹਾਨੂੰ ਜ਼ਰੂਰ ਸਲਾਹ ਦਿਊਂਗੀ, ਤੁਸੀਂ ਪਲੀਜ਼ ਇਹਨੂੰ ਜ਼ਰੂਰ ਖਾਓ, ਅਤੇ ਤੁਹਾਨੂੰ ਬਹੁਤ ਜ਼ਿਆਦਾ ਫਰਕ ਪਊਗਾ। ਸਭ ਤੋਂ ਪਹਿਲਾਂ ਫਰਕ ਪਊਗਾ ਤੁਹਾਡੇ ਖੂਨ ਦੇ ਵਿੱਚ, ਥੋੜ੍ਹਾ ਜਿਹੜਾ ਹੀਮੋਗਲੋਬਿਨ ਹੈ ਨਾ ਉਹ ਵੱਧ ਜੂਗਾ, ਇਹਦੇ ਨਾਲ ਖੂਨ ਵਧੂਗਾ। ਅਤੇ ਜਿਹੜਾ ਇੱਕ ਹੁੰਦਾ ਹੈ ਨਾ ਆਪਾਂ ਨੂੰ ਸੁਸਤੀ ਰਹਿੰਦੀ ਹੈ ਵੀ ਰੋਟੀ ਖਾ ਲਈ ਨੀਂਦ ਚੜ ਗਈ, ਕਿ ਥਕਾਨ ਮਹਿਸੂਸ ਹੁੰਦੀ ਹੈ ਵੀ ਕਿਸੇ ਕੰਮ ਨੂੰ ਜੀ ਨਹੀਂ ਕਰਦਾ ਹੁਣ,
ਤੇ ਅੰਗਰੇਜ਼ੀ ਦਵਾਈਆਂ ਖਾਣ ਦੇ ਨਾਲੋਂ ਪਲੀਜ਼ ਤੁਸੀਂ ਇਹਨੂੰ ਵਰਤੋ। ਤੁਸੀਂ 15 ਦਿਨ ਵਰਤ ਕੇ ਲਗਾਤਾਰ ਹੈ ਨਾ, ਅਤੇ ਉਸ ਤੋਂ ਬਾਅਦ ਤੁਸੀਂ ਮੇਰੀ ਵੀਡੀਓ ਥੱਲੇ ਕਮੈਂਟ ਜ਼ਰੂਰ ਕਰਨ ਆਇਓ ਵੀ ਤੁਹਾਨੂੰ ਕਿੰਨਾ ਫਾਇਦਾ ਹੋਇਆ। ਬਾਕੀ ਤੁਹਾਨੂੰ ਇਸ ਤਰ੍ਹਾਂ ਐਂ ਨਹੀਂ ਹੈਗਾ ਵੀ ਇਹ ਤੁਸੀਂ ਖੁਦ ਆਪ ਖਾਣਾ ਜਾਂ ਕੋਈ ਤੁਸੀਂ ਬੱਚੇ ਨੂੰ ਦੇਣਾ, ਤੁਹਾਡੇ ਬੱਚੇ ਵੀ ਖਾ ਸਕਦੇ ਨੇ, ਤੁਹਾਡੇ ਹਸਬੈਂਡ ਵੀਰ ਵੀ ਖਾ ਸਕਦੇ ਨੇ, ਭੈਣਾਂ ਬੱਚੇ ਵੀ ਖਾ ਸਕਦੇ ਨੇ। ਅਤੇ ਜੇ ਦਿਨ ਦੀ ਗੱਲ ਕਰਾਂ ਜੀ 7-8 ਤੁਸੀਂ ਖਾ ਸਕਦੇ ਹੋ, 7-8 ਤੋਂ ਜ਼ਿਆਦਾ ਨਾ ਤੁਸੀਂ ਖਾਇਓ। ਅਤੇ ਕਿਉਂਕਿ ਫਿਰ ਹੈ ਨਾ ਆਪਾਂ ਨੂੰ ਇਹ ਹੋ ਸਕਦਾ ਵੀ ਜ਼ਿਆਦਾ ਤਾਕਤ ਵਾਲੀ ਚੀਜ਼, ਜਿਵੇਂ ਆਪਾਂ ਕਹਿੰਦੇ ਨਾ ਆਪਾਂ ਜਿਹੜੇ ਡਰਾਈ ਫਰੂਟ ਹੁੰਦੇ ਨੇ ਆਪਾਂ ਨੂੰ ਲਿਮਿਟ ਦੇ ਵਿੱਚ ਹੀ ਖਾਣੇ ਚਾਹੀਦੇ ਨੇ। ਅਤੇ ਇਸ ਕਰਕੇ 7-8 ਤੁਸੀਂ ਇਹਨਾਂ ਨੂੰ 7-8 ਪੀਸ ਆ ਜਿਹੜੇ ਇਹਦੇ ਖਾ ਸਕਦੇ ਹੋ, ਇਸ ਤਰ੍ਹਾਂ ਇਹ ਰੱਸੀ ਦੇ ਵਿੱਚ ਪਰੋਏ ਹੋਏ ਹੁੰਦੇ ਨੇ। ਅਤੇ ਮੈਂ ਡੇਲੀ 5 ਖਾਂਦੀ ਹਾਂ, ਡੇਲੀ 5 ਖਾਣ ਦਾ ਮੇਰਾ ਟਾਈਮ ਹੈਗਾ ਜੀ, ਰੋਟੀ ਖਾਣ ਤੋਂ ਪਹਿਲਾਂ ਸਵੇਰ ਵਾਲੀ ਰੋਟੀ, ਬ੍ਰੇਕਫਾਸਟ ਤੋਂ ਪਹਿਲਾਂ ਅੱਧਾ ਕੁ ਘੰਟਾ ਮੈਂ ਡੇਲੀ ਇਹਦੇ 5 ਪੀਸ ਖਾਣੇ ਖਾਣੇ ਨੇ। ਅਤੇ ਕਈ ਵਾਰ 3 ਖਾ ਲੈਂਦੀ ਹਾਂ, ਕਈ ਵਾਰੀ 5, ਜੇ ਕਈ ਵਾਰ ਆਪਣਾ ਐਵੇਂ ਨਹੀਂ ਹੁੰਦਾ ਵੀ ਮਿੱਠੇ ਨੂੰ ਜੀ ਕਰਦਾ ਹੈ ਨਾ, ਹੁਣ ਹੋਰ ਕੁਛ ਕੀ ਖਾਈਏ ਵੀ 2-3 ਪੀਸ ਆਪਾਂ ਫਿਰ ਮੂੰਹ 'ਚ ਪਾ ਸਕਦੇ ਹਾਂ। ਸਾਰੀਆਂ ਭੈਣਾਂ ਇਹਨੂੰ ਲੈ ਸਕਦੀਆਂ ਨੇ, ਬਿਲਕੁਲ ਸੇਫ ਹੈ ਜੀ ਇਹ। ਅਤੇ ਮੈਨੂੰ ਇਸ ਚੀਜ਼ ਨੇ ਇੰਨਾ ਜ਼ਿਆਦਾ ਫਾਇਦਾ ਕਰਿਆ, ਮੇਰਾ ਜੀ ਕਰਿਆ ਵੀ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਹੈ ਨਾ। ਚੰਗੀ ਗੱਲ ਆਪਾਂ ਨੂੰ ਜ਼ਰੂਰ ਦੱਸਣੀ ਚਾਹੀਦੀ ਆ ਵੀ ਜਿਹੜੀ ਚੀਜ਼ ਵਧੀਆ ਹੋਵੇ। ਜਿਹਦੀ ਆਪਾਂ ਤਸੀਰ ਦੀ ਗੱਲ ਕਰੀਏ, ਜੇ ਇਹਦੀ ਤਸੀਰ ਇੰਨੀ ਗਰਮ ਨਹੀਂ ਹੁੰਦੀ, ਠੰਡੀ ਤਸੀਰ ਦੇ ਵਿੱਚ ਹੀ ਆਉਂਦਾ, ਫਿਰ ਵੀ ਜੇ ਤੁਹਾਨੂੰ ਇਸ ਤਰ੍ਹਾਂ ਲੱਗਦਾ ਵੀ ਥੋੜ੍ਹੀ ਜਿਹੀ ਚੀਜ਼ ਵੀ ਤੁਹਾਨੂੰ ਗਰਮੀ ਕਰ ਜਾਂਦੀ ਹੈ, ਕਾਫੀ ਭੈਣਾਂ ਦੇ ਜਾਂ ਕਾਫੀ ਵੀਰਾਂ ਭੈਣਾਂ ਦੇ ਨਾ ਇਸ ਤਰ੍ਹਾਂ ਹੁੰਦਾ ਹੈਗਾ ਵੀ ਥੋੜ੍ਹੀ ਜਿਹੀ ਚੀਜ਼ ਖਾਧੀ ਜਲਦੀ ਗਰਮੈਸ਼ ਹੋ ਜਾਂਦੀ, ਉਹ ਚੀਜ਼ ਨਾਲ ਗਰਮੀ ਕਰ ਜਾਂਦੀ ਹੈ। ਤਾਂ ਤੁਸੀਂ ਇਹਨੂੰ ਆਥਣੇ ਪਾਣੀ, ਜੇ ਤੁਸੀਂ ਸਵੇਰੇ ਲਉਂਗੇ ਤਾਂ ਸ਼ਾਮ ਨੂੰ ਪਾਣੀ 'ਚ ਭਿਉਂਦੇ ਹੋ, ਪਹਿਲਾਂ ਉਹ ਪਾਣੀ ਪੀ ਲਿਓ ਫਿਰ ਇਹਨੂੰ ਚੱਬ ਕੇ ਖਾ ਲਿਓ। ਜੇ ਤੁਸੀਂ ਸ਼ਾਮ ਨੂੰ ਲਉਂਗੇ ਹੈ ਨਾ ਪੈਣ ਲੱਗੇ ਦੁੱਧ ਦੇ ਨਾਲ ਲਉਂਗੇ ਖਾਓਗੇ ਤਾਂ ਤੁਸੀਂ ਸਵੇਰੇ ਪਾਣੀ 'ਚ ਭਿਉਂਦੇ ਦੁੱਧ ਦੇ ਨਾਲ ਖਾ ਲਿਓ। ਜੇ ਤੁਹਾਨੂੰ ਕੋਈ ਗਰਮੈਸ ਵਾਲਾ ਚੱਕਰ ਨਹੀਂ ਹੈਗਾ, ਕੋਈ ਵੀ ਤੁਹਾਡੀ ਤਸੀਰ ਆ ਜਿਹੜੀ ਠੰਡੀ ਹੈ, ਤਾਂ ਤੁਸੀਂ ਇਹਨੂੰ ਜਿਵੇਂ ਆਪਾਂ ਨਹੀਂ ਹੁੰਦੇ ਛੁਹਾਰੇ ਨਹੀਂ ਹੁੰਦੇ ਉਹਨੂੰ ਉਬਾਲ ਕੇ ਹੈ ਨਾ ਦੁੱਧ ਦੇ ਵਿੱਚ ਸਰਦੀ 'ਚ ਰਾਤ ਨੂੰ ਪੀਂਦੇ ਹਾਂ, ਤਾਂ ਤੁਸੀਂ ਇਸ ਤਰ੍ਹਾਂ ਇਹਨੂੰ 4-5 ਪੀਸ ਨੇ ਜਿਹੜੇ ਦੁੱਧ ਦੇ ਵਿੱਚ ਉਬਾਲ ਕੇ ਨਾ ਪਹਿਲਾਂ ਦੁੱਧ ਪੀ ਲਿਓ, ਨਾ ਚੱਬ ਕੇ ਖਾ ਲਿਓ। ਤੁਸੀਂ ਆਪਣੇ ਬੱਚਿਆਂ ਨੂੰ ਦਿਓ ਜੀ, ਜੇ ਤੁਹਾਡੇ ਬੱਚੇ ਲੱਗਦਾ ਵੀ ਕਮਜ਼ੋਰੀ ਨਹੀਂ, ਹੀਮੋਗਲੋਬਨ ਦੀ ਕਮੀ ਆ ਹੈ ਨਾ, ਜਾਂ ਬੱਚਾ ਜਲਦੀ ਇਰੀਟੇਸ਼ਨ ਜੀ ਇਰੀਟੇਟ ਹੋ ਜਾਂਦਾ, ਥੋੜ੍ਹਾ ਚਿੜਚਿੜਾਪਣ ਲੱਗਦਾ ਜਾਂ ਬੱਚਾ ਕਮਜ਼ੋਰ ਆ, ਪਲੀਜ਼ ਤੁਸੀਂ ਜ਼ਰੂਰ ਖਵਾਓ ਜੀ। ਬਹੁਤ ਜ਼ਿਆਦਾ ਬੈਨੀਫਿਟ ਨੇ ਇਹਦੇ, ਜਿੰਨੇ ਕਹੋਗੇ ਉਨੇ ਬੈਨੀਫਿਟ ਨੇ। ਅਤੇ ਥੋੜ੍ਹਾ ਜਿਹਾ ਇਹ ਮਿੱਠਾ ਹੁੰਦਾ, ਅਤੇ ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਜੀ ਉਹ ਘੱਟ ਖਾਓ, ਖਾ ਤਾਂ ਸਕਦੇ ਨੇ ਕੋਈ ਚੱਕਰ ਨਹੀਂ ਹੈਗਾ, ਪਰ ਜ਼ਿਆਦਾ ਨਹੀਂ ਖਾਣਾ ਕਿਉਂਕਿ ਜੇ ਇਹ ਜ਼ਿਆਦਾ ਮਿੱਠਾ ਹੈਗਾ। ਅਤੇ ਸ਼ੂਗਰ ਵਾਲੇ ਭੈਣ ਵੀਰ ਇਹਨੂੰ ਪਾਣੀ 'ਚ ਭਿਉਂ ਕੇ ਹੀ ਖਾਇਓ, ਕਿਉਂਕਿ ਇਹਦੇ ਨਾਲ ਫਰਕ ਪੈ ਜੂਗਾ ਮਿਠਾਸ ਦੇ ਵਿੱਚ, ਜੇ ਤੁਸੀਂ ਇਸ ਤਰ੍ਹਾਂ ਖਾਓਗੇ ਜ਼ਿਆਦਾ ਮਿੱਠੇ ਨੇ। ਬਾਕੀ ਹੈ ਨਾ ਕਈ ਹੁੰਦਾ ਜਿਵੇਂ ਕਹਿੰਦੇ ਨੇ ਮੇਰਾ ਸਿਰ ਦੁੱਖਦਾ, ਪੁੜਪੜੀਆਂ ਦੁੱਖਦੀਆਂ, ਤੁਹਾਡੇ ਬੱਚੇ ਜੇ ਕਹਿੰਦੇ ਨੇ ਜੀ ਸਿਰ ਦਰਦ ਹੋਣ ਲੱਗ ਗਿਆ, ਥੋੜ੍ਹਾ ਜਿਹਾ ਮੋਬਾਈਲ 'ਤੇ ਨਿਗਾਹ ਲਾਈ ਹੈ ਨਾ, ਆਹ ਤਾਂ ਚੀਜ਼ ਹੈ। ਮੈਂ ਤੁਹਾਨੂੰ ਕਹਿੰਦੀ ਹੁੰਦੀ ਸੀ ਨਾ ਹਮੇਸ਼ਾ ਵੀ ਮੇਰੇ ਆਹ ਚੀਜ਼ ਦੁੱਖਦੀ ਹੈ, ਮੇਰੇ ਇੱਥੋਂ ਤੇ ਔੜ ਪਾੜਦੇ ਨੇ ਆਹ, ਮੇਰੇ ਪੁੜਪੜੀਆਂ ਦਰਦ ਕਰਦੀਆਂ ਨੇ। ਮੈਂ ਇੰਨਾ ਕਹਿ ਸਕਦੀ ਹਾਂ ਜੀ ਵੀ ਮੈਨੂੰ ਨਾ ਇੰਨਾ ਫਾਇਦਾ ਕਰਿਆ, ਮੈਂ ਕਹੂੰਗੀ ਵੀ ਜਾਦੂ ਹੈ ਇਹ, ਅਤੇ ਮੇਰਾ ਜੀ ਕਰਿਆ। ਮੈਂ 2-3 ਦਿਨਾਂ ਸੋਚ ਰਹੀ ਸੀ ਵੀਡੀਓ ਬਣਾਵਾਂ। ਕਈ ਦਿਨ ਹੋ ਗਏ ਮੇਰੇ ਬੈਠੀ ਬੈਠੀ ਦੇ ਦਿਮਾਗ 'ਚ ਆਈ ਗੱਲ ਹੈ ਨਾ ਵੀ ਮੇਰਾ ਹੁਣ ਕਦੇ ਮੈਨੂੰ ਉਹ ਚੀਜ਼ ਮਹਿਸੂਸ ਨਹੀਂ ਹੋਈ ਹੈ ਨਾ, ਜਦੋਂ ਆਪਾਂ ਡੇਲੀ ਕਹੀਏ ਹਾਏ ਮੇਰਾ ਸਿਰ ਦੁੱਖਦਾ, ਹਾਏ ਉਹ ਹੋ ਗਿਆ, ਇਹ ਹੋ ਗਿਆ, ਹੁਣ ਕਦੇ ਮੈਂ ਕਿਹਾ ਹੀ ਨਹੀਂ। ਕਿੰਨਾ ਟਾਈਮ ਮੈਂ ਮੋਬਾਈਲ ਵੀ ਦੇਖ ਲੈਂਦੀ ਹਾਂ ਆਪਦੀ, ਵਧੀਆ ਕੰਮ ਕਰਦੀ ਹਾਂ, ਬ੍ਰੇਕਫਾਸਟ ਤੋਂ ਬਾਅਦ ਮੈਨੂੰ ਬਿਲਕੁਲ ਵੀ ਸਲੀਪੀ ਫੀਲ ਨਹੀਂ ਹੁੰਦਾ ਵੀ ਹੁਣ ਮੈਂ ਸੌਂ ਜਾਂ। ਅਤੇ ਕਈ ਵਾਰੀ ਰਾਤ ਦੇ ਵੀ 11-11 ਵੱਜ ਜਾਂਦੇ ਨੇ, ਫਿਰ ਵੀ ਹੁੰਦਾ ਮੈਂ ਆਪਣਾ ਆਰਾਮ ਦੇ ਨਾਲ ਕੰਮ ਕਰੀ ਜਾਂਦੀ, ਜਾਣੀ ਕਿ ਥਕਾਵਟ ਨਹੀਂ ਇਹਦੇ ਨਾਲ ਹੁੰਦੀ। ਅਤੇ ਇਹਨੂੰ ਅੰਜੀਰ ਬੋਲਦੇ ਆ ਜੀ, ਅਤੇ ਇੰਗਲਿਸ਼ ਦੇ ਵਿੱਚ ਹੈ ਇਹਨੂੰ ਕਹਿੰਦੇ ਨੇ ਫਿੱਗੇ, ਸੁੱਕਾ ਅੰਜੀਰ ਆ। ਤੁਹਾਨੂੰ ਹਰ ਇੱਕ ਜਿਹੜੀ ਆਪਣਾ ਉਹ ਹੁੰਦੀ ਹੈਗੀ ਪੰਸਾਰੀ ਦੀ ਦੁਕਾਨ, ਉਹ ਤੋਂ ਵੀ ਮਿਲ ਜਾਣਗੇ, ਅਤੇ ਨੋਰਮਲ ਅਸੀਂ ਜਿੱਥੋਂ ਆਪਣਾ ਕਰਿਆਨਾ ਸਟੋਰ ਹੁੰਦਾ ਉੱਥੋਂ ਇਹ ਮਿਲ ਹੀ ਜਾਣਗੇ। ਅਤੇ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ, 1,000 ਰੁਪਏ ਕਿਲੋ ਇਹਦਾ ਰੇਟ ਹੈ, ਥੋੜ੍ਹਾ ਮੋਟਾ ਕਿਤੇ 900 ਵੀ ਹੋ ਸਕਦਾ, ਕਿਤੇ 1100 ਵੀ ਹੋ ਸਕਦਾ, ਕਿਤੇ 1000 ਵੀ ਹੋ ਸਕਦਾ, ਬਦਾਮ ਵਾਲਾ ਹਿਸਾਬ ਕਿਤਾਬ, ਕਿਤੇ 700 ਕਿਲੋ, ਕਿਤੇ 800 ਕਿਲੋ, ਕਿਤੇ 900 ਕਿਲੋ। ਤੁਸੀਂ ਇਸ ਤਰ੍ਹਾਂ ਲਿਆ ਕੇ ਇਹਨਾਂ ਨੂੰ ਖਾ ਸਕਦੇ ਹੋ ਜੀ। ਅਤੇ ਮੈਂ ਜਿੰਨਾ ਇਹਦਾ ਗੁਣਗਾਣ ਕਰਿਆ ਉਹ ਮੈਂ ਗੁਣਗਾਣ ਬਹੁਤ ਘੱਟ ਕਰਿਆ, ਇਹਦਾ ਬਹੁਤ ਜ਼ਿਆਦਾ ਹਾਈ ਕੁਆਲਿਟੀ ਦੇ ਗੁਣ ਨੇ ਇਹਦੇ ਵਿੱਚ, ਅਤੇ ਤੁਸੀਂ ਜ਼ਰੂਰ ਇਹਨੂੰ ਖਾਇਓ। ਅਤੇ ਖਾਸ ਕਰਕੇ ਭੈਣਾਂ ਦੇ ਲਈ ਬਹੁਤ ਜ਼ਿਆਦਾ ਬੈਨੀਫਿਟ ਹੈ ਨਾ, ਕੁਛ ਪ੍ਰੋਬਲਮਸ ਹੋ ਜਾਂਦੀਆਂ ਨੇ ਕਈ ਵਾਰੀ ਭੈਣਾਂ ਨੂੰ, ਅਤੇ ਜਿਵੇਂ ਮਾਸਕ ਧਰਮ ਦੇ ਵਿੱਚ ਕਈ ਪ੍ਰੋਬਲਮਸ ਆਉਂਦੀਆਂ ਨੇ, ਤਾਂ ਭੈਣੋ ਤੁਸੀਂ ਜ਼ਰੂਰ ਇਹਦਾ ਸੇਵਨ ਕਰਿਓ ਹੈ ਨਾ। ਮੈਨੂੰ ਚੰਗੀ ਚੀਜ਼ ਜ਼ਰੂਰ ਤੁਹਾਡੇ ਤੱਕ ਦੱਸਣੀ ਚਾਹੀਦੀ ਹੈ, ਜਿਹੜੀ ਚੀਜ਼ ਆਪਾਂ ਨੂੰ ਫਾਇਦਾ ਕਰਦੀ ਹੈ, ਮੈਨੂੰ ਫਾਇਦਾ ਕਰਿਆ ਜੀ, ਮੈਨੂੰ ਵਧੀਆ ਲੱਗੀ ਇਹ ਚੀਜ਼, ਮੈਂ ਤਾਂ ਕਰਕੇ ਤੁਹਾਨੂੰ ਦੱਸਦੀ ਹੈਗੀ ਵੀ ਤੁਸੀਂ ਜ਼ਰੂਰ ਖਾਓ। ਤੁਹਾਡੇ ਬੱਚੇ ਨੇ ਚਾਹੇ ਉਹਨਾਂ ਨੂੰ ਦਿਓ, ਹੁਣ ਸਰਦੀ ਦਾ ਟਾਈਮ ਆਉਂਦਾ, ਇਹਦੀ ਤਸੀਰ ਵੀ ਇੰਨੀ ਗਰਮ ਨਹੀਂ ਹੈਗੀ, ਅਤੇ ਤੁਸੀਂ ਆਰਾਮ ਦੇ ਨਾਲ ਖਾ ਸਕਦੇ ਹੋ। ਉਂਝੇ ਜੇ ਤੁਸੀਂ ਗਰਮੀ 'ਚ ਖਾਓਗੇ ਤਾਂ ਵੀ ਤੁਹਾਨੂੰ ਗਰਮੀ ਨਹੀਂ ਕਰਦਾ, ਪਰ ਹੁਣ ਜਿਹੜਾ ਮੌਸਮ ਅੱਗੇ ਸਰਦੀ ਦਾ ਆ ਰਿਹਾ ਹੈਗਾ, ਦਸੰਬਰ ਜਨਵਰੀ ਨੇ ਆਉਣਾ, ਅੱਗੇ ਮੌਸਮ ਹੈ ਜਿਹੜੇ ਇੰਡੀਆ ਦੇ ਵਿੱਚ ਠੰਡਾ ਹੋ ਗਿਆ,
ਤੇ ਫੋਰਨ ਕੰਟਰੀਆਂ ਦੇ ਵਿੱਚ ਤਾਂ ਇਸ ਤੋਂ ਵੀ ਜ਼ਿਆਦਾ ਠੰਡਾ ਹੋਊਗਾ, ਠੰਡੇ ਮੁਲਕ ਨੇ, ਤਾਂ ਤੁਸੀਂ ਜ਼ਰੂਰ ਇਹ ਖਾ ਸਕਦੇ ਹੋ। 5 ਤੋਂ ਲੈ ਕੇ 10 ਪੀਸ ਤੱਕ ਵੀ ਤੁਹਾਨੂੰ ਕੋਈ ਚੱਕਰ ਨਹੀਂ, ਤੁਸੀਂ ਆਪਣੇ ਹਿਸਾਬ ਦੇ ਨਾਲ ਖਾ ਸਕਦੇ ਹੋ। ਜੇ ਤੁਹਾਡਾ ਖੂਨ ਕਾਫੀ ਜ਼ਿਆਦਾ ਘੱਟ ਹੈ ਤਾਂ ਤੁਸੀਂ ਇਹਨੂੰ ਥੋੜ੍ਹੇ ਜਿਹੇ ਵੱਧ ਖਾ ਲਿਓ, ਅਤੇ ਤੁਸੀਂ ਇਹਨੂੰ ਐਂ ਵੀ ਖਾ ਸਕਦੇ ਹੋ, 5 ਪੀਸ ਸਵੇਰੇ ਖਾ ਲਏ ਅਤੇ 5 ਪੀਸ ਤੁਸੀਂ ਸ਼ਾਮ ਨੂੰ ਪੈਣ ਲੱਗੇ ਪੈਣ ਟਾਈਮ ਲੈ ਸਕਦੇ ਹੋ। ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਉਵੇਂ ਤੁਸੀਂ ਜ਼ਰੂਰ ਲਿਓ। ਅਤੇ 15 ਦਿਨ ਖਾਣ ਤੋਂ ਬਾਅਦ ਤੁਸੀਂ ਮੈਨੂੰ ਜ਼ਰੂਰ ਕਮੈਂਟ ਕਰਨ ਆਇਓ ਵੀ ਤੁਹਾਨੂੰ ਕਿੰਨਾ ਕੁ ਫਾਇਦਾ ਹੋਇਆ ਸਿਰ ਦਰਦ ਦੇ ਵਿੱਚ ਅਤੇ ਤੁਹਾਡੇ ਸੁਭਾਅ ਦੇ ਵਿੱਚ, ਅਤੇ ਜਿਵੇਂ ਤੁਹਾਡੀ ਜਿਹੜੀ ਥਕਾਵਟ ਸੀ ਉਹ ਹੁਣ ਤੁਹਾਨੂੰ ਕੰਮ ਕਰਨ ਤੋਂ ਬਾਅਦ ਕਿੰਨੀ ਕੁ ਥਕਾਵਟ ਹੁੰਦੀ ਹੈ, ਰੋਟੀ ਖਾਣ ਤੋਂ ਬਾਅਦ ਤੁਹਾਨੂੰ ਨੀਂਦ ਦੇਖੋ ਬਿਲਕੁਲ ਹੁਣ ਹਟ ਜੂਗੀ, ਤੁਸੀਂ ਐਕਟਿਵ ਹੋ ਜਾਓਗੇ ਅਤੇ ਫਿਰ ਤੁਸੀਂ ਮੈਨੂੰ ਕਮੈਂਟ ਜ਼ਰੂਰ ਕਰਕੇ ਆਇਓ। ਠੀਕ ਹੈ ਜੀ, ਮੈਂ ਅਜੇ ਤਾਂ ਗੁਣਗਾਨ ਕਰਨਾ ਸੀ, ਮੈਂ ਕਰ ਦਿੱਤਾ ਹੈ, ਅਤੇ ਤੁਸੀਂ ਮੈਨੂੰ ਜ਼ਰੂਰ ਦੱਸਿਓ ਫਿਰ ਕਮੈਂਟ ਕਰਕੇ ਵੀ ਕਿਵੇਂ ਲੱਗਿਆ। ਅਤੇ ਜਿਹੜੀਆਂ ਭੈਣਾਂ ਨੇ ਇਹ ਖਾਧੇ ਨੇ, ਐਕਸਪੀਰੀਅੰਸ ਉਹਨਾਂ ਨੂੰ ਹੈਗਾ ਜੀ ਜਿਨ੍ਹਾਂ ਨੇ ਵੀ ਇਹ ਖਾਧੇ ਨੇ, ਭੈਣਾਂ ਨੇ ਜਾਂ ਵੀਰਾਂ ਨੇ, ਅਤੇ ਕਾਫੀ ਆਪਣੇ ਕੋਲ ਇਸ ਤਰ੍ਹਾਂ ਦੇ ਵਿਊਰਸ ਵੀ ਹੋਣਗੇ, ਹੈ ਨਾ, ਜਿਨ੍ਹਾਂ ਨੇ ਇਸਤੇਮਾਲ ਕਰਿਆ, ਤਾਂ ਤੁਸੀਂ ਪਲੀਜ਼ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਿਓ, ਹੈ ਨਾ। ਮੈਨੂੰ ਇੰਨਾ ਜ਼ਿਆਦਾ ਬੈਨੀਫਿਟ ਕਰਿਆ ਗਿਆ ਵੀ ਤੁਹਾਨੂੰ ਵੀ ਕੀਤਾ ਹੋਊਗਾ, ਹੈ ਨਾ। ਬਾਕੀ ਕਈ ਵਾਰ ਹੋ ਸਕਦਾ ਵੀ, ਹੈ ਨਾ, ਅਲੱਗ ਅਲੱਗ ਬੋਡੀ ਟਾਈਪ ਦਾ ਹਿਸਾਬ ਕਿਤਾਬ ਹੁੰਦਾ। ਸਾਡੇ ਘਰ ਦੇ ਵਿੱਚ ਹੋਰ ਇਹਨੂੰ ਬਹੁਤ ਘੱਟ ਖਾਂਦੇ ਨੇ, ਮੈਂ ਹੀ ਜ਼ਿਆਦਾ ਖਾਂਦੀ ਹਾਂ, ਜਾਂ ਮਨਵੀਰ ਇੱਕ ਅੱਧਾ ਪੀਸ ਖਾ ਲੈਂਦੀ ਹੈ। ਬੱਚੇ ਦੂਸਰੇ ਡਰਾਈ ਫਰੂਟ ਖਾ ਕੇ ਖੁਸ਼ ਨੇ, ਇਹਨੂੰ ਘੱਟ ਖਾ ਕੇ ਖੁਸ਼ ਨੇ, ਪਰ ਇਹ ਮੈਨੂੰ ਬਹੁਤ ਵਧੀਆ ਲੱਗਦਾ। ਅਸੀਂ ਲਿਆ ਸੀ ਇਹ 1 ਕਿਲੋ ਲਿਆ ਸੀ ਦਿਵਾਲੀ ਵਾਲੇ ਦਿਨ, ਇੰਨਾ ਕੁ ਰਹਿ ਗਿਆ, ਉਸ ਦਿਨ ਦੀ ਮੈਂ ਲਗਾਤਾਰ ਖਾ ਰਹੀ ਹਾਂ, 5-6 ਪੀਸ ਖਾ ਲਊ ਬਸ ਜੀ, ਬਹੁਤ ਵਧੀਆ। ਚਲੋ ਜੀ, ਚਲੋ ਅਸੀਂ ਨਾ ਹੁਣ ਬਾਜ਼ਾਰ ਜਾ ਕੇ ਆਉਂਦੇ ਹਾਂ, ਅਤੇ ਮੈਂ ਵਲੋਗ ਦਾ ਮੈਨੂੰ ਐਂਡ ਇੱਥੇ ਕਰਨਾ ਪਊਗਾ। ਅਤੇ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ। ਅਤੇ ਜੇ ਤੁਸੀਂ ਖਾਧਾ ਇਹਦੇ ਬਾਰੇ ਤਾਂ ਵੀ ਤੁਸੀਂ ਲਿਖਿਓ ਵੀ ਤੁਹਾਨੂੰ ਕੀ ਫਾਇਦਾ ਕਰਿਆ। ਅਤੇ ਜੇ ਤੁਸੀਂ ਕੋਈ ਤੁਹਾਨੂੰ ਕੋਈ ਹੋਰ ਪ੍ਰੋਬਲਮ ਹੈ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਲਿਖ ਸਕਦੇ ਹੋ, ਹੈ ਨਾ, ਵੀ ਇਸ ਚੀਜ਼ ਤੋਂ ਅਸੀਂ ਇਹ ਖਾ ਲਈਏ, ਤਾਂ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਵੀ ਹਾਂ ਤੁਸੀਂ ਖਾ ਸਕਦੇ ਹੋ। ਭੈਣਾਂ ਦੇ ਲਈ ਤੁਸੀਂ ਐਵੇਂ ਸਮਝ ਲਿਓ ਜੀ ਵਰਦਾਨ ਆ, ਜ਼ਰੂਰ ਤੁਸੀਂ ਆਪਣੇ ਇਹਨੂੰ ਡਾਇਟ ਦੇ ਵਿੱਚ ਸ਼ਾਮਿਲ ਕਰੋ। ਠੀਕ ਹੈ ਜੀ, ਚਲੋ ਜੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰ ਦਿਆਂਗੇ, ਅਤੇ ਕੱਲ੍ਹ ਨੂੰ ਫਿਰ ਨਵੀਂ ਵੀਡੀਓ ਨਾਲ ਮਿਲਦੇ ਹਾਂ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਬਾਏ।